ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ GK ਫੈਨ ਵਿੱਚ। ਸੋ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਦੇ ਇੰਪੋਰਟੈਂਟ ਡੇਜ਼। ਇਹ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਇਹ ਹਰੇਕ ਇਗਜ਼ਾਮ ਦੇ ਵਿੱਚ ਇੱਕ ਜਾਂ ਦੋ ਨੰਬਰ ਦਾ ਕੁਐਸਚਨ ਜ਼ਰੂਰ ਪੁੱਛਿਆ ਜਾਂਦਾ ਹੈ। ਸੋ ਅੱਜ ਆਪਾਂ ਸਟਾਰਟ ਕਰਦੇ ਹਾਂ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਦੇ ਇੰਪੋਰਟੈਂਟ ਡੇਜ਼। ਸੋ ਪਹਿਲਾਂ ਹੀ 10 ਜਨਵਰੀ, ਸਭ ਤੋਂ ਪਹਿਲਾਂ ਹੀ 10 ਜਨਵਰੀ, 10 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਵਰਲਡ ਲਾਫਟਰ ਡੇ। ਐਂਡ ਨੈਕਸਟ ਹੈ ਜੀ 9 ਜਨਵਰੀ, 9 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਪ੍ਰਵਾਸੀ ਭਾਰਤੀ ਦਿਵਸ, ਜਿਸ ਨੂੰ ਅਸੀਂ NRI ਡੇ ਵੀ ਕਹਿੰਦੇ ਹਾਂ, ਨੋਨ ਰੈਜ਼ੀਡੈਂਸ਼ੀਅਲ ਆਫ ਇੰਡੀਆ। ਸੋ ਨੈਕਸਟ ਹੈ ਜੀ 11 ਜਨਵਰੀ, 11 ਜਨਵਰੀ ਨੂੰ ਅਸੀਂ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਡੈਥ ਐਨੀਵਰਸਰੀ ਮਨਾਉਂਦੇ ਹਾਂ। ਨੈਕਸਟ ਹੈ ਜੀ 12 ਜਨਵਰੀ, 12 ਜਨਵਰੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਇਸ ਦਿਨ ਅਸੀਂ ਮਨਾਉਂਦੇ ਹਾਂ ਨੈਸ਼ਨਲ ਯੂਥ ਡੇ। ਸੋ ਇਸ ਦਿਨ ਸਵਾਮੀ ਵਿਵੇਕਾਨੰਦ ਜੀ ਦਾ ਬਰਥਡੇ ਹੁੰਦਾ ਹੈ। ਸੋ ਸਵਾਮੀ ਵਿਵੇਕਾਨੰਦ ਜੀ ਦੇ ਬਰਥਡੇ ਉੱਪਰ ਅਸੀਂ ਮਨਾਉਂਦੇ ਹਾਂ ਨੈਸ਼ਨਲ ਯੂਥ ਡੇ। ਨੈਕਸਟ ਹੈ ਜੀ 15 ਜਨਵਰੀ, 15 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਆਰਮੀ ਡੇ। ਸੋ 15 ਜਨਵਰੀ ਨੂੰ ਮਨਾਇਆ ਜਾਂਦਾ ਆਰਮੀ ਡੇ। ਨੈਕਸਟ ਹੈ ਜੀ 23 ਜਨਵਰੀ, 23 ਜਨਵਰੀ ਨੂੰ ਅਸੀਂ ਸੁਭਾਸ਼ ਚੰਦਰ ਬੋਸ, ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੁੰਦਾ ਹੈ, ਬਰਥਡੇ ਹੁੰਦਾ ਹੈ, 23 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ। ਨੈਕਸਟ ਹੈ ਜੀ 25 ਜਨਵਰੀ, 25 ਜਨਵਰੀ ਦਾ ਡੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਸੋ ਇਸ ਦਿਨ ਅਸੀਂ 3 ਦਿਨ ਮਨਾਉਂਦੇ ਹਾਂ। ਪਹਿਲਾ ਤਾਂ ਜੀ ਇੰਟਰਨੈਸ਼ਨਲ ਕਸਟਮ ਡਿਊਟੀਜ਼ ਡੇ, ਸੋ ਜਿਹੜਾ ਕਸਟਮ ਡਿਊਟੀਜ਼ ਡੇ ਅਸੀਂ ਮਨਾਉਂਦੇ ਹਾਂ 25 ਜਨਵਰੀ ਨੂੰ ਮਨਾਉਂਦੇ ਹਾਂ। ਐਂਡ ਇੰਡੀਆ ਟੂਰਿਜ਼ਮ ਡੇ, ਟੂਰਿਜ਼ਮ ਡੇ ਵੀ 25 ਜਨਵਰੀ ਨੂੰ ਮਨਾਇਆ ਜਾਂਦਾ। ਐਂਡ ਇੰਡੀਅਨ ਵੋਟਰਸ ਡੇ, ਵੋਟਰਸ ਡੇ ਵੀ ਹੈ 25 ਜਨਵਰੀ ਨੂੰ ਮਨਾਇਆ ਜਾਂਦਾ। ਨੈਕਸਟ ਹੈ ਜੀ ਰਿਪਬਲਿਕ ਡੇ, 26 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਰਿਪਬਲਿਕ ਡੇ। ਨੈਕਸਟ ਹੈ ਜੀ 28 ਜਨਵਰੀ, 28 ਜਨਵਰੀ ਨੂੰ ਲਾਲਾ ਲਾਜਪਤ ਰਾਏ ਜੀ ਦੀ ਬਰਥ ਐਨੀਵਰਸਰੀ ਹੁੰਦੀ ਹੈ। ਸੋ ਲਾਲਾ ਲਾਜਪਤ ਰਾਏ ਜੀ ਦਾ ਜਨਮ ਦਿਨ ਹੁੰਦਾ ਹੈ, 28 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ। ਨੈਕਸਟ ਹੈ ਜੀ 30 ਜਨਵਰੀ, ਸੋ 30 ਜਨਵਰੀ ਨੂੰ ਅਸੀਂ ਸੈਲੀਬ੍ਰੇਟ ਕਰਦੇ ਹਾਂ ਮਾਰਟੀਅਰਸ ਡੇ, ਮਹਾਤਮਾ ਗਾਂਧੀ ਮਾਰਟੀਅਰ ਡੇ। ਸੋ ਇਹ ਅਸੀਂ ਸੈਲੀਬ੍ਰੇਟ ਕਰਦੇ ਹਾਂ 30 ਜਨਵਰੀ ਨੂੰ। ਨੈਕਸਟ ਹੈ ਜੀ ਫਰਵਰੀ ਮਹੀਨੇ ਦੇ ਇੰਪੋਰਟੈਂਟ ਡੇਜ਼, ਜਿਹੜੀ 2 ਫਰਵਰੀ ਹੁੰਦੀ ਹੈ ਉਸ ਦਿਨ ਅਸੀਂ ਮਨਾਉਂਦੇ ਹਾਂ ਵਰਲਡ ਵੈਟਲੈਂਡਸ ਡੇ। ਸੋ ਜਿਹੜਾ ਵਰਲਡ ਵੈਟਲੈਂਡਸ ਡੇ ਅਸੀਂ 2 ਫਰਵਰੀ ਨੂੰ ਮਨਾਉਂਦੇ ਹਾਂ। ਨੈਕਸਟ ਹੈ ਜੀ 4 ਫਰਵਰੀ, 4 ਫਰਵਰੀ ਨੂੰ ਮਨਾਉਂਦੇ ਹਾਂ ਅਸੀਂ ਨੈਸ਼ਨਲ ਡੇ ਆਫ ਸ਼੍ਰੀਲੰਕਾ। ਸੋ ਜਿਹੜਾ ਸ਼੍ਰੀਲੰਕਾ ਦਾ ਨੈਸ਼ਨਲ ਡੇ ਹੈ ਉਹ ਅਸੀਂ ਮਨਾਉਂਦੇ ਹਾਂ 4 ਫਰਵਰੀ ਨੂੰ। ਐਂਡ 5 ਫਰਵਰੀ ਨੂੰ ਮਨਾਇਆ ਜਾਂਦਾ ਜੀ ਕਸ਼ਮੀਰ ਡੇ। ਇਹ ਜਿਹੜਾ ਦਿਨ ਔਰਗਨਾਈਜ਼ ਕੀਤਾ ਗਿਆ ਪਾਕਿਸਤਾਨ ਦੁਆਰਾ ਕੀਤਾ ਗਿਆ, ਔਰਗਨਾਈਜ਼ਡ ਬਾਏ ਪਾਕਿਸਤਾਨ। 5 ਫਰਵਰੀ ਨੂੰ ਮਨਾਉਂਦੇ ਹਾਂ ਅਸੀਂ ਕਸ਼ਮੀਰ ਡੇ। ਨੈਕਸਟ ਹੈ ਜੀ 13 ਫਰਵਰੀ, 13 ਫਰਵਰੀ ਨੂੰ ਮਨਾਇਆ ਜਾਂਦਾ ਸਰੋਜਨੀ ਨਾਇਡੂ ਦਾ ਬਰਥ ਐਨੀਵਰਸਰੀ। ਸੋ ਜਿਹੜੀ ਸਰੋਜਨੀ ਨਾਇਡੂ ਜੀ ਨੇ ਉਹਨਾਂ ਦੇ ਜਨਮ ਦਿਨ ਮਨਾਉਂਦੇ ਹਾਂ ਅਸੀਂ 13 ਫਰਵਰੀ ਨੂੰ। ਇਹ 2 ਦਿਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ, 24 ਫਰਵਰੀ ਅਤੇ 28 ਫਰਵਰੀ। ਸੋ 24 ਫਰਵਰੀ ਨੂੰ ਮਨਾਇਆ ਜਾਂਦਾ ਸੈਂਟਰਲ ਐਕਸਾਈਜ਼ ਡੇ, ਸੈਂਟਰਲ ਐਕਸਾਈਜ਼ ਡੇ ਅਸੀਂ ਮਨਾਉਂਦੇ ਹਾਂ 24 ਫਰਵਰੀ ਨੂੰ। ਐਂਡ ਨੈਸ਼ਨਲ ਸਾਇੰਸ ਡੇ, ਜਿਹੜਾ ਸਾਇੰਸ ਡੇ ਮਨਾਇਆ ਜਾਂਦਾ ਨੈਸ਼ਨਲ ਸਾਇੰਸ ਡੇ, ਇਹ ਮਨਾਉਂਦੇ ਹਾਂ ਅਸੀਂ 28 ਫਰਵਰੀ ਨੂੰ। ਸੋ ਫਰਵਰੀ ਮਹੀਨੇ ਵਿੱਚ ਇਹ ਦੋਨੋਂ ਦਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, 24 ਫਰਵਰੀ ਸੈਂਟਰਲ ਐਕਸਾਈਜ਼ ਡੇ ਐਂਡ 28 ਫਰਵਰੀ ਨੈਸ਼ਨਲ ਸਾਇੰਸ ਡੇ ਮਨਾਉਂਦੇ ਜੀ ਆਪਾਂ ਮਾਰਚ ਦੇ ਮਹੀਨੇ ਵਿੱਚ। ਮਾਰਚ ਦੇ ਮਹੀਨੇ ਵਿੱਚ 3 ਮਾਰਚ ਨੂੰ ਮਨਾਇਆ ਜਾਂਦਾ ਨੈਸ਼ਨਲ ਡਿਫੈਂਸ ਡੇ, ਜਿਹੜਾ ਅਸੀਂ ਨੈਸ਼ਨਲ ਡਿਫੈਂਸ ਡੇ ਮਨਾਉਂਦੇ ਹਾਂ ਉਹ ਮਨਾਉਂਦੇ ਜੀ 3 ਮਾਰਚ ਨੂੰ, 3 ਮਾਰਚ ਨੂੰ ਮਨਾਇਆ ਜਾਂਦਾ ਨੈਸ਼ਨਲ ਡਿਫੈਂਸ ਡੇ। ਅਤੇ 4 ਮਾਰਚ ਨੂੰ ਮਨਾਇਆ ਜਾਂਦਾ ਜੀ ਨੈਸ਼ਨਲ ਸਿਕਿਉਰਿਟੀ ਡੇ। ਸੋ 4 ਮਾਰਚ ਨੂੰ ਮਨਾਉਂਦੇ ਹਾਂ ਅਸੀਂ ਜੀ ਨੈਸ਼ਨਲ ਸਿਕਿਉਰਿਟੀ ਡੇ। ਨੈਕਸਟ ਆ ਗਿਆ ਜੀ 8 ਮਾਰਚ, 8 ਮਾਰਚ ਨੂੰ ਮਨਾਇਆ ਜਾਂਦਾ ਇੰਟਰਨੈਸ਼ਨਲ ਵੂਮੈਨਸ ਡੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਕਿ ਜਿਹੜਾ ਇੰਟਰਨੈਸ਼ਨਲ ਵੂਮੈਨਸ ਡੇ ਹੈ ਕਦੋਂ ਮਨਾਇਆ ਜਾਂਦਾ, 8 ਮਾਰਚ ਨੂੰ। ਨੈਕਸਟ ਆ ਗਿਆ ਜੀ 9 ਮਾਰਚ, 9 ਮਾਰਚ ਨੂੰ ਮਨਾਉਂਦੇ ਹਾਂ CISF ਰੇਜ਼ਿੰਗ ਡੇ। CISF ਮੀਨਸ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। ਸੋ CISF ਡੇ ਮਨਾਉਂਦੇ ਹਾਂ ਅਸੀਂ 9 ਮਾਰਚ ਨੂੰ। ਨੈਕਸਟ ਆ ਗਿਆ ਜੀ 15 ਮਾਰਚ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਾਫੀ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਸੋ 15 ਮਾਰਚ ਨੂੰ ਅਸੀਂ ਮਨਾਉਂਦੇ ਹਾਂ ਵਰਲਡ ਕੰਜ਼ਿਊਮਰਸ ਡੇ। ਸੋ ਜਿਹੜਾ ਵਰਲਡ ਕੰਜ਼ਿਊਮਰਸ ਡੇ ਮਨਾਇਆ ਜਾਂਦਾ ਇਹ ਮਨਾਉਂਦੇ ਹਾਂ ਅਸੀਂ 15 ਮਾਰਚ ਨੂੰ। ਨੈਕਸਟ ਹੈਗਾ ਜੀ 16 ਮਾਰਚ, 16 ਮਾਰਚ ਨੂੰ ਅਸੀਂ ਮਨਾਉਂਦੇ ਹਾਂ ਨੈਸ਼ਨਲ ਵੈਕਸੀਨੇਸ਼ਨ ਡੇ।
ਸੋ ਜਿਹੜਾ ਨੈਸ਼ਨਲ ਵੈਕਸੀਨੇਸ਼ਨ ਡੇ ਹੈ ਅਸੀਂ ਮਨਾਉਂਦੇ ਹਾਂ 16 ਮਾਰਚ ਨੂੰ। ਨੈਕਸਟ ਹੈ ਜੀ ਫੋਰੈਸਟ ਡੇ, ਵਰਲਡ ਫੋਰੈਸਟਰੀ ਡੇ, ਇਹ ਮਨਾਉਂਦੇ ਹਾਂ ਅਸੀਂ 21 ਮਾਰਚ ਨੂੰ। ਐਂਡ ਵਰਲਡ ਡੇ ਆਫ ਵਾਟਰ, ਜਿਹੜਾ ਵਰਲਡ ਡੇ ਆਫ ਵਾਟਰ ਮਨਾਇਆ ਜਾਂਦਾ ਉਹ ਮਨਾਉਂਦੇ ਹਾਂ ਅਸੀਂ 22 ਮਾਰਚ ਨੂੰ। 23 ਮਾਰਚ ਨੂੰ ਮਨਾਇਆ ਜਾਂਦਾ ਜੀ ਵਰਲਡ ਮੈਟਰੋਲੋਜੀਕਲ ਡੇ। ਐਂਡ 24 ਮਾਰਚ ਨੂੰ ਮਨਾਉਂਦੇ ਹਾਂ ਅਸੀਂ ਵਰਲਡ ਟੀਬੀ ਡੇ। ਸੋ ਜਿਹੜਾ ਟੀਬੀ ਡੇ ਮਨਾਇਆ ਜਾਂਦਾ 24 ਮਾਰਚ ਨੂੰ ਮਨਾਇਆ ਜਾਂਦਾ। ਨੈਕਸਟ ਹੈ ਜੀ 26 ਮਾਰਚ, 26 ਮਾਰਚ ਨੂੰ ਅਸੀਂ ਮਨਾਉਂਦੇ ਹਾਂ ਬੰਗਲਾਦੇਸ਼ ਲਿਬਰੇਸ਼ਨ ਡੇ। ਸੋ 26 ਮਾਰਚ ਨੂੰ ਮਨਾਇਆ ਜਾਂਦਾ ਜੀ ਬੰਗਲਾਦੇਸ਼ ਲਿਬਰੇਸ਼ਨ ਡੇ। ਸੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ। ਅਗਰ ਤੁਸੀਂ ਵੀਡੀਓ ਸਾਡੇ ਚੈਨਲ ਉੱਪਰ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਨੈਕਸਟ ਵੀਡੀਓ ਦੇ ਵਿੱਚ ਮੈਂ ਡਿਸਕਸ ਕਰਾਂਗਾ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਤੱਕ ਦੇ ਇੰਪੋਰਟੈਂਟ ਡੇਜ਼। ਇਸੇ ਤਰ੍ਹਾਂ ਹੀ ਆਪਾਂ ਪੂਰੇ ਸਾਲ ਦੇ ਇੰਪੋਰਟੈਂਟ ਡੇਜ਼ ਲਰਨ ਕਰ ਲਾਂਗੇ। ਸੋ ਅਗਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਐਂਡ ਤੁਹਾਡਾ ਕੋਈ ਵੀ ਸੁਜੈਸ਼ਨ ਆ ਜਾਂ ਮੇਰੀ ਕੋਈ ਵੀ ਹੈਲਪ ਚਾਹੀਦੀ ਹੈ ਤਾਂ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ। ਸੋ ਮੈਂ ਤੁਹਾਡੀ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਥੈਂਕ ਯੂ ਸੋ ਮੱਚ।